ਸੰਗਤ ਕਰਨ ਨਾਲ ਸੋਝੀ ਪੈਂਦੀ ਹੈ, ਪਰ ਆਪਣੇ ਅੰਦਰ ਦਾ ਪਤਾ ਮੈਂ ਕਿੰਨਾ ਕੁ ਵਕਾਰੀ ਹਾਂ, ਕਿੰਨੀ ਕੁ ਮੇਰੇ ਫੁਰਨੇ ਰੁਕਦੇ ਹੈ, ਕਿੰਨਾ ਕੁ ਮੇਰਾ ਸੁਰਤਾ ਧਿਆਨ ਜਿਹੜਾ ਵਾਹਿਗੁਰੂ ਮੰਤਰ ਵਿੱਚ ਲੱਗਦਾ ਹੈ। ਜੇ ਫੁਰਨੇ ਹੀ ਨਹੀਂ ਰੁਕੇ ਤਾਂ ਕਾਹਨੂੰ ਆਪਣੇ ਨਾਮ ਨਾਲ ਬ੍ਰਹਮ ਗਿਆਨੀ ਲਵਾਇਆ ਹੈ, ਐਵੇਂ ਧੌਣ 'ਚ ਕਿਲਾ ਹੀ ਠਕਾਇਆ ਹੋਇਆ ਨਾ। ਅਤੇ ਜੇ ਲਿਖੇ ਹੀ ਨਾ ਤਾਂ ਇਹ ਅਵਸਥਾ ਕੋਈ ਨਾਮ ਰਖਾਉਣ ਨਾਲ ਥੋੜੋਂ ਮਿਲਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਅੰਦਰ ਦੀ ਬਖਸ਼ੀ ਹੋਈ ਰਹਿਮਤ ਵੈ ਕਿਹਾ ਹੈ, ਉੱਚੋ ਬਹਿ ਉੱਚੋ ਨਹੀਂ ਗੁਣਕਰ ਉੱਚੋ ਹੋਏ। ਕਹਿੰਦੇ ਨੇ ਕਾਗ ਅਟਾਰੀ ਪਰ ਬਹਿ ਪਰ ਕਿਆ ਵਹ ਖਗਪਤ ਹੋਏ। ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਜੇ ਕੋਈ ਉੱਚਾ ਆਸਣ ਲਾ ਕੇ ਚੰਗੀ ਗੱਦੀ ਪਿੱਛੇ ਲਾ ਕੇ ਅਤੇ ਚੌਰ ਕਰਾਉਣ ਲੱਗ ਪਵੇ, ਅਤੇ ਜੇ ਉੱਚਾ ਆਸਣ ਲਾ ਕਰਕੇ ਉੱਚਿਆਂ ਹੋਇਆ ਜਾਂਦਾ ਤਾਂ ਫਿਰ ਤਾਂ ਬੜੇ ਬੜੇ ਉੱਚੇ ਆਸਣ ਕਈਆਂ ਲਾਏ ਹੋਏ ਆ। ਉੱਚੋ ਬਹਿ ਉੱਚੋ ਨਹੀਂ, ਉੱਚਾ ਕਰਕੇ ਕੋਈ ਆਪਣਾ ਆਸਣ ਲਾ ਕੇ ਬਹਿ ਜੇ, ਬਾਹਰੋਂ ਅਡੰਬਰ ਰਚ ਲੇ ਸਾਰਾ, ਉਹ ਉੱਚਾ ਨਹੀਂ ਹੋ ਜਾਂਦਾ। ਅਤੇ ਸੰਸਾਰ 'ਚ ਅੱਜ ਕੱਲ੍ਹ ਇਹੀ ਹੈ, ਜਿਹੜਾ ਕੋਈ ਉੱਚਾ ਆਸਣ ਲਾ ਕੇ ਬੈਠਾ ਹੈ, ਜਿਹੜੇ ਬਾਕੀ ਨੀਵੇਂ ਥੱਲੇ ਬੈਠੇ ਹੈ ਉਹਨਾਂ ਨੂੰ ਸੇਵਕ ਮੰਨਦੇ ਹੈ, ਉੱਚੇ ਬੈਠੇ ਨੂੰ ਬ੍ਰਹਮ ਗਿਆਨੀ ਮੰਨਦੇ ਹੈ। ਪਰ ਸਤਿਗੁਰੂ ਜੀ ਦੇ ਘਰ ਦੇ ਅੰਦਰ ਜਿਨ੍ਹਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ, ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਦੀ ਮਹਾਂਪੁਰਖ ਸਾਧ ਸੰਗਤ ਜੀ, ਜਦੋਂ ਕੀਰਤਨ ਹੁੰਦਾ ਕਥਾ ਹੁੰਦੀ ਅਤੇ ਸੰਗਤ ਦੇ ਜੋੜੇ ਆਪਣੇ ਗਲ ਵਾਲੇ ਪੱਲੂ ਨਾਲ ਝਾੜਿਆ ਕਰਦੇ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਆਪ ਖੁਦ ਚਰਨੀ ਨੰਗੇ ਚਰਨੀ ਆ ਕੇ ਮਿਲਿਆ ਕਰਦੇ ਸੀ, ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸੀ। ਅਤੇ ਜਦੋਂ ਸੰਗਤ ਦੇ ਜੋੜੇ ਝਾੜਨੇ, ਫਿਰ ਸਮਾਪਤੀ ਹੋਣੀ ਅਤੇ ਸਾਰੀ ਸੰਗਤ ਵਾਸਤੇ ਲੰਗਰ ਦੀ ਸੇਵਾ ਕਰਨੀ, ਹੱਥੀਂ ਸੇਵਾ ਆਪ ਕਰਨੀ, ਇੰਨੀ ਨਿਮਰਤਾ ਨਾਲ ਹਰੇਕ ਦੇ ਅੱਗੇ ਹੱਥ ਜੋੜ ਜੋੜ ਸੇਵਾ ਕਰਨੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਲੱਖਣ ਦੱਸਿਆ ਕਿ ਗੁਣਕਰ ਉੱਚੋ ਹੋਏ। ਫਿਰ ਵਿਦਵਾਨਾਂ ਨੇ ਕਿਹਾ ਕਿ ਗੁਣਾਂ ਨਾਲ ਭਾਈ ਉੱਚੇ ਹੋਈਦਾ, ਜਿੰਨੇ ਗੁਣ ਹੋਣ ਉਹਨਾਂ ਹੀ ਉੱਚਾ ਬਣ ਸਕਦਾ ਹੈ। ਅਤੇ ਇਹ ਕਿਹਾ ਨਾ ਕਿ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਐ ਸਭ ਤੇ ਉੱਚਾ। ਅਸਲ ਵਿੱਚ ਉੱਚਾ ਤਾਂ ਉਹ ਹੈ ਜਿਹਨੇ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣ ਲਿਆ ਹੈ, ਸਭ ਤੋਂ ਛੋਟਾ ਸਮਝ ਲਿਆ ਹੈ। ਅਤੇ ਪ੍ਰਮਾਣ ਦਿੱਤਾ ਹੈ ਕਿ ਕਾਗ ਅਟਾਰੀ ਪਰਬ ਹੈ। ਕਹਿੰਦੇ ਕਾਂ ਜਿਹੜਾ ਹੁੰਦਾ ਨਾ, ਉਹ ਅਟਾਰੀ ਦੇ ਉੱਤੇ ਘਰ ਦੇ ਬਨੇਰੇ 'ਤੇ, ਉਹ ਤਾਂ ਪਲੰਘਿਆਂ ਤੋਂ ਵੀ ਉੱਚਾ ਹੀ ਜਾ ਬਹਿੰਦਾ, ਘਰ ਦੇ ਬਨੇਰੇ 'ਤੇ ਆ ਕੇ ਅਟਾਰੀ ਦੇ ਉੱਤੇ ਆ ਕੇ ਬੈਠ ਜਾਂਦਾ ਹੈ ਚੁਬਾਰੇ ਦੇ ਉੱਤੇ। ਪਰ ਕਿਆ ਵਹ ਖਗਪਤ ਹੋਏ, ਖਗਪਤ ਕਹਿੰਦੇ ਆ ਗਰੜ ਨੂੰ, ਪੰਛੀਆਂ ਦਾ ਰਾਜਾ। ਕਾਂ ਅਟਾਰੀ 'ਤੇ ਬਹਿਣ ਨਾਲ ਕੀ ਗਰੜ ਬਣ ਜਾਂਦਾ ਹੈ? ਨਹੀਂ ਬਣ ਸਕਦਾ ਨਾ। ਇਉਂ ਉੱਚੇ ਆਸਣ ਲਾ ਕੇ ਬਹਿਣ ਨਾਲ ਬ੍ਰਹਮ ਗਿਆਨੀ ਨਹੀਂ ਬਣਿਆ ਜਾਂਦਾ, ਬਾਹਰਲੇ ਅਡੰਬਰ ਨਾਲ ਬ੍ਰਹਮ ਗਿਆਨੀ ਨਹੀਂ ਬਣਿਆ ਜਾਂਦਾ। ਭਾਵੇਂ ਕਿ ਧੀਰਮਲ ਨੇ ਵੀ ਤਾਂ ਬੜਾ ਯਤਨ ਕੀਤਾ ਸੀਗਾ, ਪਰ ਕੀ ਉਹ ਗੁਰੂ ਬਣ ਸਕਿਆ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਜਿਹਨੇ ਅੰਦਰੋਂ ਪ੍ਰੀਤੀ ਲਾਈ ਹੈ, ਮਨ ਵਿੱਚ ਵਾਹਿਗੁਰੂ ਦਾ ਵਾਸ ਹੋ ਗਿਆ, ਅਤੇ ਮੁੱਖ ਦੇ ਉੱਤੇ ਵੀ ਨਿਰੰਕਾਰ ਦਾ ਹੀ ਵਾਸ ਰਹਿੰਦਾ ਹਰ ਵੇਲੇ। ਜਦੋਂ ਮਨ ਦੇ ਅੰਦਰ ਪਿਆਰ ਲੱਗ ਜਾਵੇ ਨਾ,
ਫਿਰ ਫੁਰਨੇ ਰੁਕ ਜਾਂਦੇ ਆ। ਜਿੰਨਾ ਚਿਰ ਫੁਰਨੇ ਆ ਉਹਨਾਂ ਚਿਰ ਮਨ ਦੀ ਅਵਸਥਾ ਬਣੀ ਹੋਈ ਹੈ, ਕਿਉਂਕਿ ਫੁਰਨਿਆਂ ਦਾ ਟੋਕਰਾ ਹੀ ਮਨ ਹੈ। ਜਦੋਂ ਫੁਰਨੇ ਹਟ ਜਾਣ ਮਨ ਅਭਾਵ ਹੋ ਜਾਂਦਾ ਹੈ, ਮਨ ਖਤਮ ਹੋ ਜਾਂਦਾ ਹੈ, ਮਨ ਅਮਨ ਹੋ ਜਾਂਦਾ ਹੈ। ਅਤੇ ਜਦੋਂ ਮਨ ਦੀ ਉਪਾਧੀ ਮੁੱਕਦੀ ਹੈ ਤਦੋਂ ਵਾਹਿਗੁਰੂ ਜੀ ਦਾ ਸਪਰਸ਼ ਮਿਲਦਾ ਹੈ।